ਮੰਗੂ ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਬਹੁਤ ਜ਼ਿਆਦਾ ਘੈਂਟ, ਬੱਚਿਆਂ ਦੇ ਖੇਡਣ ਲਈ ਝੂਲਾ ਵੀ ਹੈ, ਆਹ ਕਲੀਨਿਕ ਹੈ। ਹਾਂਜੀ ਤੇ ਹੁਣ ਸਵੇਰ ਦਾ ਟਾਈਮ ਹੈ ਅਤੇ ਇੱਧਰ ਆਪਣਾ ਦੂਜਾ ਸੁਪਨਾ ਪੂਰਾ ਹੋ ਗਿਆ, ਖੰਮਣ ਵਾਲਾ ਖੰਮਣ ਆ ਗਿਆ ਅਤੇ ਡੈਡੀ ਬੈਠੇ ਨੇ ਸਾਹਮਣੇ। ਅਤੇ ਡੈਡੀ ਨੂੰ ਕਿੱਦਾਂ ਤੁਹਾਨੂੰ ਲੱਗ ਰਿਹਾ ਅੱਜ? ਬਹੁਤ ਵਧੀਆ, ਖੰਮਣ 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 ਸਮੋਸਾ ਚਟਨੀ, ਹਾਂ ਸਮੋਸਾ ਚਟਨੀ ਨਾਲ ਮਿਰਚ ਪਿਆਜ਼ ਨਾਲ ਪਿਆਜ਼ ਖਾਵਾਂਗੇ। ਹਾਂ ਸਹੀ ਗੱਲ, ਮੈਂ ਮਤਲਬ ਜਦੋਂ ਆਇਆ ਸੀ ਨਾ ਇੱਥੇ ਅਤੇ ਡੇਲੀ ਖਾਂਦਾ ਸੀ ਇੱਥੇ ਖੰਮਣ, ਅਤੇ ਅੱਜ ਹੁਣ ਬਸ ਅੱਜ ਯਾਨੀ ਕਿ ਇੰਨੇ ਦਿਨ ਹੋ ਗਏ ਨੇ ਕਿੰਨਾ ਕੁਛ ਖਾਣ ਨੂੰ ਮਿਲੀ ਜਾ ਰਿਹਾ ਤਾਂ ਕਰਕੇ ਖੰਮਣ ਦਾ ਟਾਈਮ ਹੀ ਨਹੀਂ ਲੱਗਿਆ ਵਿਚਾਰੇ ਦਾ, ਅਤੇ ਅੱਜ ਖੰਮਣ ਦਾ ਟਾਈਮ ਲੱਗ ਰਿਹਾ। ਅਤੇ ਇੱਧਰ ਮੰਮੀ ਖਿਚੜੀ ਲੈ ਕੇ ਆਏ ਨੇ, ਹਾਂ ਅਤੇ ਇਹ ਸਾਡੀਆਂ ਗੁਜਰਾਤੀ ਡਿਸ਼ਾਂ ਨੇ, ਠੀਕ ਹੈ। ਅਤੇ ਮਨਪ੍ਰੀਤ ਨੂੰ ਆਪਾਂ ਹੁਣ ਪੁੱਛਦੇ ਹਾਂ ਵੀ ਮਨਪ੍ਰੀਤ ਨੂੰ ਖੰਮਣ ਕਿੱਦਾਂ ਦਾ ਲੱਗਿਆ। ਮੈਂ ਮਨਪ੍ਰੀਤ ਨਾਲ ਬਹੁਤ ਚਰਚੇ ਕਰਦਾ ਸੀ ਖੰਮਣ ਦੇ, ਮੈਂ ਮਨਪ੍ਰੀਤ ਹੁਣ ਦੱਸ ਕਿੱਦਾਂ ਦਾ ਲੱਗਿਆ ਖੰਮਣ? ਬਹੁਤ ਜ਼ਿਆਦਾ ਟੇਸਟੀ ਹੈ ਨਾ, ਬਸ ਬਹੁਤ ਜ਼ਿਆਦਾ ਬਸ ਇੰਨੇ ਕੁ ਸ਼ਬਦ ਬੋਲਣੇ। ਹੋਰ ਦੱਸੋ ਤੁਸੀਂ ਮਤਲਬ ਕਿੱਦਾਂ ਦਾ ਕੋਈ ਮਤਲਬ ਫਿਰ ਵੀ ਟੁੱਟ ਗਿਆ ਨਾ ਕੀ ਸਵਾਦ ਜ਼ਮੀਨ ਆਸਮਾਨ ਦਾ ਫਰਕ ਆ, ਉਹ ਢੋਕਲਾ ਹੁੰਦਾ ਉਹ ਮਿੱਠਾ ਹੁੰਦਾ, ਇਹਦਾ ਟੇਸਟ ਅਲੱਗ ਹੁੰਦਾ, ਬਹੁਤ ਜ਼ਿਆਦਾ ਟੇਸਟੀ ਸੀ, ਟ੍ਰਾਈ ਕਰਨਾ ਚਾਹੀਦਾ ਸਾਰਿਆਂ ਨੂੰ ਆ ਕੇ, ਇੱਥੇ ਗੁਜਰਾਤ ਆਣਾ ਪੈਣਾ ਬਟ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਹੁਣ ਤੁਸੀਂ ਦੇਖਿਆ ਵੀ ਆਪਾਂ ਖੰਮਣ ਖਾਧਾ ਅਤੇ ਬਹੁਤ ਜ਼ਿਆਦਾ ਟੇਸਟੀ, ਤੁਹਾਨੂੰ ਮੈਂ ਦੱਸ ਨਹੀਂ ਸਕਦਾ, ਮਤਲਬ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਲਾਈਫ ਦੇ ਵਿੱਚ। ਅਤੇ ਮਤਲਬ ਬਹੁਤ ਜ਼ਿਆਦਾ ਬੇਸਬਰੀ ਨਾਲ ਇੰਤਜ਼ਾਰ ਸੀ ਹੈ ਨਾ, ਅਤੇ ਉਹ ਮੈਂ ਅੱਜ ਫਾਈਨਲੀ ਖਾਧਾ ਅਤੇ ਰੱਜ ਕੇ ਖਾਧਾ। ਹੁਣ ਮੈਂ ਸੋਚਦਾ ਵੀ ਕੱਲ੍ਹ ਨੂੰ ਵੀ ਖਾਊਂਗਾ, ਜਿੰਨੇ ਦਿਨ ਰਵਾਂਗੇ ਉਨੇ ਦਿਨ ਖਾਊਂਗਾ, ਠੀਕ ਹੈ। ਅਤੇ ਹੁਣ ਫਿਲਹਾਲ ਮੈਨੂੰ ਥੋੜ੍ਹੀ ਜਿਹੀ ਬਿਮਾਰ ਹੋ ਗਈ ਹੈ ਅਤੇ ਕੱਲ੍ਹ ਵੀ ਥੋੜ੍ਹੀ ਜਿਹੀ ਉਹਦਾ ਪੇਟ ਦਰਦ ਹੁੰਦਾ ਵਾਰ ਵਾਰ, ਅਤੇ ਉਸ ਕਰਕੇ ਅਸੀਂ ਹੁਣ ਡਾਕਟਰ ਕੋਲ ਜਾ ਰਹੇ ਸੀ। ਹਾਂਜੀ ਇੱਕ ਤਾਂ ਆਈ ਸ਼ੈਡੋ ਦੇ ਮਗਰ ਪਈ ਹੋਈ ਹੈ, ਇੱਥੇ ਆ ਕੇ ਵੀ ਆਈ ਸ਼ੈਡੋ ਦਾ ਪਿੱਛਾ ਨਹੀਂ ਛੱਡ ਰਿਹਾ। ਮੈਂ ਕਿਹਾ ਤੂੰ ਜੋ ਮਰਜ਼ੀ ਲੈ ਲੈ, ਖਿਲੌਣੇ ਲੈ ਲੈ, ਜੋ ਮਰਜ਼ੀ ਲੈ ਲੈ, ਆਈ ਸ਼ੈਡੋ ਕੀ ਕਰਨਾ ਤੂੰ ਆਈ ਸ਼ੈਡੋ, ਆਹ ਦੇਖ ਲਓ ਹੁਣ ਅੜ ਕੇ ਬੈਠੀ ਹੋਈ ਆਈ ਸ਼ੈਡੋ ਲੈਣਾ। ਅਤੇ ਅੱਜ ਗੁਜਰਾਤ ਦੇ ਵਿੱਚ ਡਾਕਟਰ ਕੋਲ ਜਾ ਰਹੇ ਸੀ। ਚਲੋ 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 ਚਲੋ, ਖੰਮਣ ਖਾਧਾ ਸੀ ਤੂੰ? ਖੰਮਣ ਖਾਧਾ ਸੀ? ਅਰੇ ਯਾਰ ਤੂੰ ਤਾਂ ਸਮੋਸਾ ਖਾਧਾ ਨਾ, ਖੰਮਣ ਖਾਣਾ ਸੀ ਬੇਬੀ, ਬੜਾ ਸਵਾਦ ਹੈ ਖੰਮਣ, ਉਹ ਤੂੰ ਖਾਈ ਹੁਣ, ਕੱਲ ਨੂੰ ਲਿਆਵਾਂਗੇ ਨਾ ਫੇਰ ਖਾਈ, ਠੀਕ ਹੈ। ਚਲੋ ਡਾਕਟਰ ਦੇ ਚੱਲੀਏ, ਚਲੋ ਚਲੋ ਚਲੋ। ਹਾਂਜੀ ਤੇ ਹੁਣ ਆਪਾਂ ਆਏ ਹਾਂ ਡਾਕਟਰ ਕੋਲ, ਤੇ ਇੱਥੇ ਬਹੁਤ ਸੋਹਣਾ ਦੇਖੋ ਕਲੀਨਿਕ ਹੈ, ਬਹੁਤ ਜ਼ਿਆਦਾ ਘੈਂਟ, ਬੱਚਿਆਂ ਦੇ ਖੇਡਣ ਲਈ ਝੂਲਾ ਵੀ ਹੈ, ਆਹ ਕਲੀਨਿਕ ਹੈ, ਗੁਜਰਾਤੀ ਵਿੱਚ ਲਿਖਿਆ ਹੋਇਆ ਦਵਾਖਾਨਾ। ਉਹਨਾਂ ਰੋ ਰਿਹਾ ਬੱਚਾ, ਉਹਨੂੰ ਲੱਗ ਰਿਹਾ ਵੀ ਮੈਂ ਇੰਜੈਕਸ਼ਨ ਲਗਵਾਉਣ ਆਈ ਹਾਂ, ਦਵਾਈ ਆਪਾਂ ਨੰਨੂ ਦੀ ਲੈਣ ਆਏ ਹਾਂ। ਹਾਂ ਬੇਟਾ ਜਾ ਰਹੇ ਜਾ ਰਹੇ ਬੇਟਾ, ਚਲੋ ਝੂਲਾ ਲੈਣ ਆਏ ਡਾਕਟਰ ਦੇ। ਤੇ ਹੁਣ ਦੇਖੋ ਬੱਚਿਆਂ ਨੂੰ ਝੂਲਾ ਦਵਾ ਰਿਹਾ ਮੈਂ ਬੈਠ ਕੇ,
ਡਨ ਐਸੇ ਕਰ ਡਨ ਯੇ ਯੇ ਓਕੇ ਠੀਕ ਹੈ ਬਹੁਤ ਸ਼ਰਾਰਤੀ ਬਹੁਤ ਸ਼ਰਾਰਤੀ ਹੈ ਮੈਨੂੰ ਸ਼ਾਮ ਦਾ ਟਾਈਮ ਹੈ ਅਤੇ ਅਸੀਂ ਖਾ ਪੀ ਕੇ ਰੋਟੀ ਦੁਪਹਿਰ ਦੀ ਅਤੇ ਉਸ ਤੋਂ ਬਾਅਦ ਸੌ ਗਏ ਸੀਗੇ ਅਤੇ ਤਾਂ ਕਰਕੇ ਹੁਣ ਉੱਠੇ ਹਾਂ ਅਤੇ ਸ਼ਾਮ ਦਾ ਟਾਈਮ ਹੈ ਸੂਰਜ ਆਲਮੋਸਟ ਢਲਣ ਵਾਲਾ ਅਤੇ ਇੱਥੇ ਦਾ ਤੁਹਾਨੂੰ ਮੈਂ ਛੱਤ ਦਿਖਾਉਣਾ ਮਤਲਬ ਬਿਲਡਿੰਗਾਂ ਜਿਹੜੀਆਂ ਛੱਤ ਬਹੁਤ ਸੋਹਣਾ ਬਹੁਤ ਖੁੱਲ੍ਹੇ ਡੁੱਲੇ ਆ ਅਤੇ ਹਰਿਆਲੀ ਹੈ ਹਰਿਆਲੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਹਰ ਬਿਲਡਿੰਗ ਦੇ ਕੋਲ ਪੇੜ ਪੌਦੇ ਸਾਰਾ ਕੁਛ ਹੈ ਯਾਨੀ ਕਿ ਬਹੁਤ ਸੋਹਣਾ ਅਤੇ ਹੁਣ ਮੈਂ ਇੱਥੇ ਖੜ੍ਹਾ ਹਾਂ ਤੁਹਾਨੂੰ ਦਿਖਾਉਂਦਾ ਉਹ ਸਾਹਮਣੇ ਮੰਦਰ ਹੈ ਅਤੇ ਉਹਦੀ ਆਵਾਜ਼ ਆ ਰਹੀ ਹੈ ਮਤਲਬ ਉੱਥੇ ਕੀਰਤਨ ਚੱਲਦਾ ਹੀ ਰਹਿੰਦਾ ਪਤਾ ਨਹੀਂ ਉਹਨਾਂ ਨੇ ਗਾਣੇ ਲਾਏ ਹੁੰਦੇ ਨੇ ਉਹ ਸੋਰੀ ਪਤਾ ਨਹੀਂ ਉਹਨਾਂ ਨੇ ਉਹ ਡੈਕ ਲਗਾਇਆ ਹੁੰਦਾ ਜਾਂ ਫਿਰ ਮਿਊਜ਼ਿਕ ਵਗੈਰਾ ਹੈ ਨਾ ਅਤੇ ਹੋ ਸਕਦਾ ਲਾਈਵ ਵੀ ਚੱਲਦਾ ਹੋਵੇ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਸੂਰਜ ਆਹ ਦੇਖੋ ਇੰਨਾ ਜ਼ਿਆਦਾ ਖੂਬਸੂਰਤ ਲੱਗਦਾ ਦੇਖੋ ਢਲਣ ਵਾਲਾ ਸੂਰਜ ਹੈ ਇਸ ਟਾਈਮ ਜੀ ਅਤੇ ਹੁਣ ਆਪਾਂ ਨਿਕਲ ਚੁੱਕੇ ਹਾਂ ਗਾਰਡਨ ਵਾਸਤੇ ਅਤੇ ਫਿਰ ਗੁਰਦੁਆਰਾ ਸਾਹਿਬ ਵਾਸਤੇ ਪਹਿਲਾਂ ਗਾਰਡਨ ਚੱਲਾਂਗੇ ਬੱਚਿਆਂ ਨੂੰ ਖਿਲਾਉਣ ਵਾਸਤੇ ਹੈਂ ਆਹ ਦੇਖੋ ਨਿੱਕੇ ਨਿੱਕੇ ਬੱਚੇ ਟਿੱਡੇ ਟਿੱਡੇ ਮੰਮੀ ਹੁਣੇ ਆ ਰਹੇ ਆਹ ਵੀ ਵੱਡੇ ਵੱਡੇ ਬੱਚੇ ਆ ਗਏ ਜੀ ਗਾਰਡਨ ਧਿਆਨ ਨਾ ਥੋੜ੍ਹਾ ਇਹ ਆ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਬਹੁਤ ਵੱਡੀ ਬਿਲਡਿੰਗ ਹੈ ਬਹੁਤ ਜ਼ਿਆਦਾ ਬੜਾ ਗੁਰਦੁਆਰਾ ਸਾਹਿਬ ਨਾ ਬਾਬਾ ਜੀ ਆ ਗਏ ਸਾਹਮਣੇ ਵਾਹਿਗੁਰੂ ਜੀ ਕੀ ਫਤਿਹ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਤਾਂ ਚਲੋ ਸੋਹਣਾ ਹੀ ਹੁੰਦਾ ਪਰ ਇਮਾਰਤ ਸੋਹਣੀ ਹੈ ਇੱਥੇ ਬਣਦਾ ਸਾਰਾ ਲੰਗਰ ਉਹ ਲੰਗਰ ਹਾਲ ਹੈ ਇਹ ਲੰਗਰ ਹਾਲ ਹੈ ਕਿੰਨਾ ਸੋਹਣਾ ਲੰਗਰ ਹਾਲ ਬਹੁਤ ਜ਼ਿਆਦਾ ਵਧੀਆ ਰੋਟੀਆਂ ਵਾਲੀ ਮਸ਼ੀਨ ਉਹ ਚਿਮਨੀ ਲੱਗੀ ਹੋਈ ਹੈ ਨਾ ਉੱਧਰ ਆਟਾ ਗੁੰਨਣ ਵਾਲੀ ਮਸ਼ੀਨ ਹਾਂ ਇਹ ਤਾਂ ਆਪਣੇ ਵੀ ਉੱਧਰ ਸਾਰੇ ਹੁੰਦੀਆਂ ਮਸ਼ੀਨਾਂ ਦਾ ਮਤਲਬ ਹਰ ਤਰ੍ਹਾਂ ਦੀ ਸੁਵਿਧਾ ਹੈ ਮਸਾਲਾ ਪੀਸਣ ਫਰਿੱਜ ਵੀ ਪਿਆ ਹੋਇਆ ਆਹ ਭਾਗ ਹੀ ਲੰਗਰ ਹਾਲ ਦੇ ਅੰਦਰ ਫਿਲਹਾਲ ਤਾਂ ਸੰਗਤ ਹੈ ਨਹੀਂ ਮਤਲਬ ਅੱਜ ਦੁਪਹਿਰ ਤੱਕ ਕਹਿੰਦੇ ਬਹੁਤ ਜ਼ਿਆਦਾ ਸੰਗਤ ਸੀਗੀ ਇੱਥੇ ਅਤੇ ਸ਼ਨੀਵਾਰ ਐਤਵਾਰ ਬਹੁਤ ਜ਼ਿਆਦਾ ਰਸ਼ ਹੁੰਦਾ ਕਿਉਂਕਿ ਛੁੱਟੀ ਹੁੰਦੀ ਸਾਰੇ ਜਿੰਨੇ ਸਿੱਖ ਨੇ ਆਪਣੇ ਸਾਰੇ ਇੱਥੇ ਜੁੜਦੇ ਨੇ
ਮੰਕੂ ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਸਿਆਣਾ ਬੱਚਾ ਸਾਡਾ। ਵਾਹਿਗੁਰੂ ਜੀ ਵਾਹਿਗੁਰੂ ਜੀ। ਹਾਂਜੀ ਹਾਂ ਵਾਹਿਗੁਰੂ ਕੇ ਉੱਪਰ ਚੱਲਦੇ ਹਾਂ। ਹਾਂਜੀ ਇਹ ਉੱਪਰਲਾ ਮਾਹੌਲ ਹੈ ਗੁਰਦੁਆਰਾ ਸਾਹਿਬ ਦਾ ਅਤੇ ਇਹ ਹੁਣ ਸੁੱਖ ਆਸਣ ਹੋਇਆ। ਸੁੱਖ ਆਸਣ ਹੈ ਨਾ, ਉਸ ਤੋਂ ਬਾਅਦ ਅਸੀਂ ਇੱਧਰ ਨੂੰ ਆਏ ਹਾਂ ਅਤੇ ਆਹ ਲਾਇਬ੍ਰੇਰੀ ਬਣੀ ਹੋਈ ਆ, ਦੇਖੋ ਕਿਤਾਬਾਂ ਪਈਆਂ ਹੋਈਆਂ ਇੱਥੇ ਆਪਣੇ ਸਿੱਖ ਇਤਿਹਾਸ ਦੇ ਰਿਲੇਟਡ। ਅਤੇ ਇੱਥੇ ਪਾਠ ਰਖਾਉਂਦੇ, ਅਲੱਗ ਜਗ੍ਹਾ ਬਣੀ ਹੋਈ ਹੈ। ਚਲੋ ਬੇਟਾ ਬਹੁਤ ਬਹੁਤ ਜ਼ਿਆਦਾ ਸੋਹਣਾ। ਅੱਛਾ ਉਦੋਂ ਬਣਦਾ ਸੀ 2019 ਚ ਹੈ। ਬਹੁਤ ਸੋਹਣਾ ਗੁਰਦੁਆਰਾ ਸਾਹਮਣਾ, ਬਹੁਤ ਸੋਹਣਾ। ਚਲ ਆ ਜਾਓ ਬੇਟਾ, ਨਗਾੜਾ ਪਿਆ। ਤੇ ਹੁਣ ਆਪਾਂ ਚੱਲੇ ਹਾਂ ਵਾਪਸ। ਆਹ ਦੇਖੋ ਉਹ ਰਹਿ ਗਿਆ ਗੁਰਦੁਆਰਾ ਸਾਹਿਬ, ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਯਾਰ। ਆਹ ਸਾਰੇ ਅਪਾਰਟਮੈਂਟ ਬਣੇ ਕਹਿੰਦੇ ਸਾਰੇ ਪੰਜਾਬੀਆਂ ਦੇ ਆ। ਆਹ ਤੇ ਹਨੇਰਾ ਕਿਸੇ ਦਿਨ ਦਿਨੇ ਆਵਾਂਗੇ ਫਿਰ ਬਣਾਊਂਗਾ ਵੀਡੀਓ। ਤੇ ਆਹ ਦੁਕਾਨਾਂ ਨੇ ਇੱਥੇ ਲੋਕਲ ਵਿੱਚ ਉਹਦੀ ਰਾਹ ਆਉਂਦਾ ਮੇਨ ਰੋਡ ਦੇ, ਅਤੇ ਉਹ ਪਰਲੇ ਪਾਸੇ ਆਪਾਂ ਅਸੀਂ ਗਏ ਹਾਂ ਪਿਛਲੇ ਪਾਸੇ ਦੀ, ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀ, ਮਤਲਬ ਜਿਹੜਾ ਫਰੰਟ ਹੈ ਫਰੰਟ 'ਤੇ ਉਹ ਹੈ ਮੇਨ ਰੋਡ। ਅਤੇ ਉਹ ਬਹੁਤ ਸੋਹਣਾ ਏਰੀਆ ਬਣਿਆ ਹੋਇਆ, ਕਿਸੇ ਦਿਨ ਚੱਲਾਂਗੇ ਉੱਥੇ ਵੀ ਨਾ, ਦਿਖਾਵਾਂਗੇ ਤੁਹਾਨੂੰ। ਇੱਧਰ ਨੰਨੂ ਦੀ ਜਿੱਦਬਾਜੀ ਚਾਲੂ ਹੈ। ਆਹ ਲੈ ਲਈ ਆਹ ਦੇਖ,